नमस्कार साथियों, मैं हूं संदीप बिश्नोई और आपके लिए लेके आज एक नई वीडियो। इस वीडियो में अपने चर्चा करेंगे ट्रॉली भरने वाली जो मशीन है, क्योंकि ट्रॉली भरने वाली मशीनें और भी बहुत हैं, लेकिन ये मशीन अपने साधारण 15 सेकंड में ट्रैक्टर के पीछे अटैच कर सकते हैं और अटैच करने के बाद जमीन एक लेवल से उठाएगा, यानी कि आगे अपने अगर मिट्टी को लेवल करेंगे, कंप्यूटर करा लगाएंगे, उस समय भी बहुत समस्याएं हैं वो आपकी कम रहेंगी। कितनी रहेंगी, क्या कुछ रहेंगी और इसके लिए कितने एचपी का अपने को ट्रैक्टर चाहिए, अपने उस पर भी बात करेंगे। तो सत श्री अकाल जी। सत श्री अकाल जी। आप मेरे दर्शकों को बताओ पहले तो अपना नाम और एड्रेस। नाम अपना गुरजीत सिंह, पिंड लाले वाली। ठीक है, जिला मानसा। ठीक ठीक है। अब अपने बात करते हैं कि आप ये जो ये मिट्टी उठाने वाली मशीन है, ये कितने टाइम से चला रहे हो, कौन सी कंपनी की है, इसके लिए कितने एचपी ट्रैक्टर की जरूरत है, क्या जरूरी इसके लिए 4x4 होना जरूरी है? ये मशीन है कणकवाल पंजाब। ठीक है। सनाम जने। ठीक है। ते ये असीं घट्टो घट 9 साल हो गए काम करदे नूं। ठीक है। उदू पहला असीं खड्डा लगाते हुंदी सी। ठीक है। जीरी पटदा। हां, जीरी पट के ओ औखा सी काम। ठीक है। हां, जिवें आ रेसरा वाहणा ये कक्का रेता के इत्थे 4x काम वध दिंदा। ठीक है। जिहड़ा 2-wheel है ਉਹ ਸਲਿਪ ਜ਼ਿਆਦਾ ਦਿੰਦਾ। ਸਲਿਪ ਜ਼ਿਆਦਾ। ਹਾਂਜੀ। ਤੇ ਲੱਗਦਾ ਵੀ ਘੱਟ ਹੈ ਉਹ ਕਹਿ ਲੱਗਦਾ ਵੀ ਘੱਟ। ਠੀਕ ਹੈ। ਇਹ ਨੇੜੇ ਵੀ ਭਰ ਦਿੰਦਾ ਸੀ, ਥੋੜੇ ਥਾਂ ਭਰ। ਮਸ਼ੀਨ ਕਿੰਨੇ ਰੁਪਏ ਦੀ ਹੈ ਇਹ ਮਸ਼ੀਨ? ਨਵੀਂ ਤਾਂ ਇਹਦੇ ਨਾਲ ਦੀ ਤੂੰ ਹੈਵੀ ਆਉਣ ਲੱਗ ਗਈ। ਠੀਕ ਹੈ। 2,70,000-75,000 ਦੀ ਹੁੰਦੀ ਆ। ਇਹ ਕਿੰਨੇ ਦੀ ਆਪਣੀ? ਇਹ ਹੁਣ ਇਸ ਟਾਈਮ ਮਸ਼ੀਨ 1,30,000-35,000 ਦੀ। ਠੀਕ ਹੈ। 19 ਮੰਨ ਲਓ। ਠੀਕ ਹੈ। ਹਾਂਜੀ। ਤੇ ਹਣਾ ਆਪਾਂ ਡੀਜ਼ਲ ਦੀ ਗੱਲ ਕਰੀਏ, ਇੱਕ ਟਰਾਲੀ 'ਚ ਆਪਣਾ ਇਹ ਟਰੈਕਟਰ ਕਿੰਨੀ ਮਿੰਟਾਂ 'ਚ ਭਰ ਦਿੰਦਾ ਤੇ ਡੀਜ਼ਲ ਕਿੰਨਾ ਲੈਂਦਾ? ਇਹ 1 ਮਿੰਟ 'ਚ ਟਰੇਲਾ ਭਰਦਾ ਹੈਗਾ, 11 ਫੁੱਟ ਟਰੇਲਾ, 3 ਫੁੱਟ ਲਗਾਈ ਜੀ। 1 ਮਿੰਟ 'ਚ ਭਰ ਦੂਗਾ? ਹਾਂ, 1 ਮਿੰਟ 'ਚ ਭਰਦਾ। ਤੇ ਡੀਜ਼ਲ ਕਿੰਨਾ ਲੈਂਦਾ? ਡੀਜ਼ਲ 1 ਲੀਟਰ ਨਾਲ ਜੇ ਸਹੀ ਡਰਾਈਵਲ ਹੈ ਤਾਂ 3 ਟਰੇਲੇ ਭਰਦਾ। ਠੀਕ ਹੈ। ਹਾਂ, ਮਤਲਬ ਜੇਸੀਬੀ ਲੋਡਰ ਤੋਂ ਸਸਤਾ ਹੈ? ਹਾਂ ਜੀ, ਉਹ ਜੇਸੀਬੀ ਨੂੰ ਬਹੁਤ ਸਸਤਾ ਜੀ, ਜੇਸੀਬੀ ਰਿਪੇਅਰ ਬਹੁਤ ਹੈ, ਕੀਮਤ ਜ਼ਿਆਦਾ। ਠੀਕ ਹੈ। ਹਾਂ ਜੀ। ਤੇ ਇਹ ਆਪਾਂ ਹੁਣ ਗੱਲਬਾਤ ਕਰੀਏ, ਜਿਵੇਂ ਵੀ ਤੁਸੀਂ ਕਿਹਾ ਵੀ ਖੋਲਣਾ ਜੜਨਾ ਜਮਾ, ਮੈਂ ਕੈਮਰਾਮੈਨ ਨੂੰ ਕਹੂੰਗਾ ਬਾਈ ਅੱਗੇ ਆ ਜਾ, ਕਿਉਂਕਿ ਖੋਲਣਾ ਜੜਨਾ ਤਾਂ ਜਮਾ ਹੀ ਸੌਖਾ, ਜਿਵੇਂ ਡੋਲੀ ਕਰਾਵੇ ਉਵੇਂ ਤੈਨੂੰ ਜੋੜਨਾ ਹੈ। ਹਾਂ, ਡੋਲੂ ਕਰਾਉਣ ਵੀ ਸੌਖਾ ਜੀ, ਤੇ ਸਾਫਟ ਪਾਉਣੀ ਹੈ ਵੈਸੇ। ਹਾਂ, ਕੱਲਾ ਕਰਾਸ ਪਾਉਣਾ, ਕਿੱਲੀ ਪਾਉਣੀ, ਦੋ ਚੀਜ਼ਾਂ ਨੇ। ਦੋ ਚੀਜ਼ ਨੇ? ਹਾਂ ਜੀ। ਤੇ ਫਿਰ ਲਿੰਕਾਂ ਨੂੰ ਜ਼ੋਰ ਨਹੀਂ ਹੁੰਦਾ ਇੰਨਾ ਭਾਰਾ ਸਮਾਨ ਹੈ? ਨਾ ਨਾ, ਕੋਈ ਲੋੜ ਨਹੀਂ ਪੈਂਦਾ ਜੀ ਤੇ। ਅੱਛਾ। ਹਾਂ ਜੀ, ਹਾਂ ਹਾਂ, ਕੋਈ ਲੋੜ ਨਹੀਂ। ਇਹਦਾ ਹੁਣ ਜਾਨੇ ਕਿ ਟਰੈਕਟਰ ਅਸੀਂ ਹੋਰ ਕੰਮਾਂ ਖਾਤਰ ਨੂੰ ਵਿਹਲਾ ਕਰਕੇ ਪਾ ਲਿਆ। ਠੀਕ ਹੈ। ਉਹ 50 ਪਾਵਰ ਵਾਲਾ ਟਰੈਕਟਰ ਵੀ ਤੇ ਚੱਲ ਜਾਂਦਾ ਬਹੁਤ ਆਸਾਨੀ। 50 ਐਚਪੀ ਦਾ ਟਰੈਕਟਰ ਵੀ ਨਾਮ ਲਾ ਸਾਰਾ ਉਹ ਚੱਲਦਾਗਾ 16 ਵਾਲਾ ਟਾਇਰਾਂ ਜਿਆਦਾ 16 ਟਾਇਰ ਜਿਹੜਾ ਜਿਆਦਾ ਇਹ ਤਾਂ ਅਸੀਂ ਸ਼ੌਂਕ ਚ ਹੀ ਲਾ ਰਹੇ ਹਾਂ ਕਿ ਵੱਡੇ ਕੰਮਾਂ ਖਾਤਰ ਹਟ ਲੈਤਾ ਵਾ ਟਰੈਕਟਰ। ਠੀਕ ਹੈ। ਹੁਣ ਕਰੇ ਵਿਹਲਾ ਖੜਾ ਸੀ ਤੇ ਟੋਰ ਨਾਲ ਵੀ ਚੱਲ ਚਲਾ ਲਾਂਗੇ ਤੇ ਡੀਜ਼ਲ ਘੱਟ ਖਾਊਗਾ ਨਹੀਂ? ਹਾਂ, ਡੀਜ਼ਲ ਘੱਟ ਖਾਂਦਾ, ਲੋਡ ਨਹੀਂ ਜਮੀ ਜੀ, ਜਮੀ ਨਹੀਂ ਲੋਡ ਲੈਂਦਾ। ਹਾਂ ਜੀ, ਬਹੁਤ ਨੇੜੇ ਟਰੈਲੀ ਨੂੰ ਭਰਨ ਦਾ ਜੀ। ਤੇ ਬਾਈ ਦੇਖੋ, ਆਪ ਜਿਸ ਕੀ ਬਹੁਤ ਹੀ ਸ਼ਾਨਦਾਰ ਔਰ ਬਿਹਤਰੀਨ ਤਰੀਕਾ ਹੈ, ਔਰ ਮੈਂ ਕੈਮਰਾਮੈਨ ਸੇ ਕਹੂੰਗਾ ਕਿ ਥੋੜੇ ਪੀਛੇ ਆ ਕੇ ਇਸ ਕੀ ਜੋ ਖਾਲੀ ਦਾ ਜੋ ਲੈਵਲ ਹੈ ਉਹ ਵੀ ਦਿਖਾਏ। ਤਕਰੀਬਨ ਇਹ ਮਾਨ ਕੇ ਚਲੋ ਆਪ 1 ਫੀਟ ਕੇ ਆਸ-ਪਾਸ ਕੀ ਗਹਿਰੀ ਖਾਲੀ ਹੈ, ਯਾਨੀ ਕਿ 1 ਫੀਟ ਗਹਿਰੀ ਨੀਚੀ ਜੀ ਮਿੱਟੀ ਉਠਾ ਕੇ ਡਾਲ ਰਹਾ ਹੈ, ਤਾਂ ਅਗਰ ਆਪਣੇ ਪੂਰੇ ਖੇਤ ਕੋ 1 ਫੀਟ ਉਠਾਣਾ ਤਾਂ ਆਪਣੇ 1 ਫੀਟ ਉਠਾ ਸਕਦੇ ਹਾਂ, ਅਗਰ ਆਪਣੇ ਕੋ ਆਧਾ ਫੀਟ ਉਠਾਣਾ ਤਾਂ ਆਪਣੇ ਆਧਾ ਫੀਟ ਵੀ ਉਠਾ ਸਕਦੇ ਹਾਂ, ਔਰ ਸ਼ਾਨਦਾਰ 1 ਲੈਵਲ ਮੇ, ਜਿਸ ਕੀ ਵੀ ਆਪ ਦੇਖ ਪਾ ਰਹੇ, ਇਹ ਡਰਾਈਵਰ ਕੇ ਲਿਫਟ ਕੰਟਰੋਲ ਪੇ ਨਿਰਭਰ ਕਰੇਗਾ ਕਿ ਉਸਕੋ ਕਿਤਨਾ ਉਠਾਣਾ ਹੈ, ਔਰ ਟਰਾਲੀ ਮੇ ਲੋਡ ਆਪਣੇ ਆਪ ਹੁੰਦਾ ਰਹੇਗਾ, ਜਿਸ ਕੀ ਵੀ ਆਪ ਵੀਡੀਓ ਮੇ ਦੇਖ ਪਾ ਰਹੇ ਹੋ। ਇਹ ਤਕਰੀਬਨ 1 ਮਿੰਟ ਮੇ ਟਰਾਲੀ ਭਰੇਗੀ, ਤਾਂ ਹਮ ਚਲਾ ਕੇ ਦਿਖਾਏਂਗੇ ਆਪਕੋ, ਐਸੀ ਬਾਤ ਨਹੀਂ ਹੈ, ਆਗੇ ਹਮਨੇ ਕਹਾ ਕਿ ਚਲਾ ਕੇ ਹਮ ਦੇਖੇਂ लगभग 15 सेकंड 20 सेकंड में इतनी भरती ट्रॉली है, तो 1 मिनट कम समय है, इसलिए रोक के ये वीडियो बना रहा हूँ। वीडियो कैसी लगी कमेंट कर जरूर बताना, और ये अगर आपको इस तरह की मशीन अगर चाहिए तो ये भाई इसका यहाँ एड्रेस है, मैं कैमरामैन से कहूँगा थोड़ा एड्रेस दिखा दे, अगर कोई भाई लेना चाहे तो ले सकते हैं।